ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ ਦੀ। ਅਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਬਹੁਤ ਹੀ ਪਿਆਰੀ ਜੀ ਜਿਹੜੇ ਪਾਰਟੀ ਵੇਅਰ ਸੂਟ ਸ਼ੇਅਰ ਕਰ ਰਹੇ ਹਾਂ। ਸੋ ਇੱਕ ਅਸੀਂ ਹੈਵੀ ਅਨਾਰਕਲੀ ਪਾਰਟੀ ਵੇਅਰ ਜਿਵੇਂ ਡਰੈਸਿਸ ਤੁਸੀਂ ਬਣਾਉਣੀ ਹੋ ਤਾਂ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੈਗੇ ਹੋ ਜੀ। ਇਹ ਜਿਵੇਂ ਹੈਗਾ ਸੈਮੀ ਕਰੇਪ ਦੇ ਵਿੱਚ ਹੈਗਾ ਜੀ ਅਨਾਰਕਲੀ ਡਰੈਸ, ਔਰ ਇਹਦੇ ਨਾਲ ਤੁਸੀਂ ਦੁਪੱਟਾ ਵੀ ਹੈਵੀ ਹੈਗਾ ਜੀ, ਇਹ ਪੂਰੀ ਅਨਾਰਕਲੀ ਹੈ, ਐਜ ਇਟ ਇਜ਼ ਵੀ ਬਣਾ ਸਕਦੇ ਹੋ, ਤੋਂ ਡਿਫਰੈਂਟ ਕਲਰ ਕੰਬੀਨੇਸ਼ਨ 'ਚ ਵੀ ਜਾ ਸਕਦੇ ਹੋ। ਅਸੀਂ ਪਿੱਛੇ ਵੀ ਇਹਦੇ ਜਿਹੜੇ ਕਾਫੀ ਕਲਰ 'ਚ ਬਣੀ ਹੋਈ ਹੈ ਸ਼ੇਅਰ ਕੀਤਾ, ਸੋ ਇਹ ਡਿਫਰੈਂਟ ਸ਼ੇਡ ਦੇ ਵਿੱਚ ਅਸੀਂ ਬਣਾਈ ਹੋਈ ਹੈ। ਸੋ ਤੁਸੀਂ ਫੀਡਬੈਕ ਜ਼ਰੂਰ ਦਿਓ ਜੀ, ਤੁਹਾਨੂੰ ਕਿਵੇਂ ਦੀ ਲੱਗੀ ਹੈ ਇਹ ਜ਼ਰੂਰ ਦੱਸਿਆ ਕਰੋ। ਇਹ ਪੂਰੀ ਬਹੁਤ ਹੀ ਫੁੱਲ ਫਲੇਅਰ ਦੀ ਜਿਹੜੀ ਇਹ ਅਨਾਰਕਲੀ ਹੈਗੀ ਹੈ, 18 ਗਲੀਆਂ, ਇਹਦਾ ਕਲਰ ਹੈ ਜਿਹੜਾ ਬਿਲਕੁਲ ਚੇਂਜ ਆ ਰਿਹਾ, ਬਹੁਤ ਹੀ ਚੇਂਜ ਹੈ ਜਿਹੜਾ, ਡਲ ਸ਼ੇਡ ਲਾ ਰਿਹਾ ਹੈਗਾ, ਜਦਕਿ ਇਹ ਜਿਹੜਾ ਪੂਰੀ ਬ੍ਰਾਈਟ ਕਲਰ ਹੈਗਾ ਜੀ, ਬਹੁਤ ਹੀ ਡਿਫਰੈਂਟ ਸ਼ੇਡ ਹੈਗਾ। ਇਹ ਦੇਖੋ ਮੈਂ ਤੁਹਾਨੂੰ ਇਹਦੀ ਫਲੇਅਰ ਹੈ ਜਿਹੜੀ ਬਹੁਤ ਹੀ ਹੈਵੀ ਇਹ ਬਣਦੀ ਹੈਗੀ ਹੈ। ਇਹਦੇ ਵਿੱਚ ਦਬਕਾ, ਮੋਤੀ, ਗੋਟਾ ਪੱਤੀ ਸਾਰੇ ਤਰ੍ਹਾਂ ਦੀ ਜਿਹੜੀ ਇਹਦੇ ਵਿੱਚ ਵਰਕ ਹੋਇਆ ਹੋਇਆ, ਬਹੁਤ ਹੀ ਨੀਟ ਐਂਡ ਕਲੀਨ ਜਿਵੇਂ ਵਰਕ ਹੋਇਆ ਜੀ, ਇਹ ਦੇਖੋ। ਔਰ ਕਲੀਆਂ ਦੇ ਵਿੱਚ ਉੱਪਰ ਤੱਕ ਆ ਜਿਹੜਾ ਇੱਕ ਹੈਵੀ ਕਲੀ ਜਾਂਦੀ ਹੈਗੀ ਹੈ, ਕਿਸ ਤਰ੍ਹਾਂ ਜਾਂਦਾ ਜਿਹੜੀ ਕਲੀਅਰ ਹੈਗੀ ਹੈ, ਬਹੁਤ ਹੀ ਪਿਆਰੀ ਬਣੀ ਹੈ। ਔਰ ਇਸ ਤਰ੍ਹਾਂ ਇਹਦੇ ਯੋਗ 'ਤੇ ਵਰਕ ਹੈਗਾ ਜੀ, ਸਾਰੇ ਜਿਹੜੀ ਅਨਾਰਕਲੀ ਦੇ ਬੈਕ 'ਤੇ ਵੀ ਉਸੇ ਤਰ੍ਹਾਂ ਵਰਕ ਹੋਊਗਾ। ਬੈਕ ਹੈ ਜੀ, ਸੋ ਇਸ ਤਰ੍ਹਾਂ ਅਸੀਂ ਇਹਨੂੰ ਲਟਕਣ ਦਿੱਤੀ, ਸੋ ਇਹ ਫੁੱਲ ਫਲੇਅਰ ਹੈ ਜੀ। ਇਸ ਤਰ੍ਹਾਂ ਬਹੁਤ ਹੀ ਵੇਅਰ ਕਰਨ ਤੋਂ ਬਾਅਦ ਇਹ ਬਹੁਤ ਹੀ ਜਿਹੜੀ ਇਹਦੀ ਲੁੱਕ ਹੈ ਬਹੁਤ ਹੀ ਵਧੀਆ ਆਉਂਦੀ ਹੈ। ਸੋ ਕਿਉਂਕਿ ਅਸੀਂ ਪਹਿਲਾਂ ਵੀ ਕਈ ਜਿਹੜੇ ਇਸ ਤਰ੍ਹਾਂ ਦੇ ਪੀਸ ਭੇਜ ਚੁੱਕੇ ਹਾਂ, ਔਰ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਜੀ, ਇਹ ਨੈਪ ਦਾ ਸ਼ਿਮਰ ਲੇਸ ਲਾ ਕੇ ਇਹਦੇ ਨਾਲ ਨੈਪ ਦੇ ਦੁਪੱਟੇ ਨਾਲ ਸੋ ਇਹਨੂੰ ਫਿਨਿਸ਼ ਕੀਤਾ ਹੋਇਆ, ਕਿਉਂਕਿ ਜਦੋਂ ਅਨਾਰਕਲੀ ਬਹੁਤ ਹੈਵੀ ਹੋ ਜਾਂਦੀ ਹੈ ਸੋ ਫਿਰ ਨੈਟ ਦਾ ਦੁਪੱਟਾ ਜਿਹੜਾ ਈਜ਼ੀ ਹੋ ਜਾਂਦਾ ਤੁਹਾਨੂੰ ਕੈਰੀ ਕਰਨਾ। ਅਗਰ ਤੁਸੀਂ ਔਰਗੈਂਜ਼ਾ ਕਰਦੇ ਹੋ ਤਾਂ ਔਰਗੈਂਜ਼ਾ ਦੁਪੱਟਾ ਕਾਫੀ ਹੈਵੀ ਹੋ ਜੂਗਾ, ਸੋ ਫਿਰ ਦੋਨੋਂ ਜਿਹੜੇ ਇਸ ਤਰ੍ਹਾਂ ਜੀ ਸਾਰੇ ਦੇ ਵਿੱਚ ਜਿਹੜੀਆਂ ਲਾਈਨਸ ਦੁਪੱਟੇ ਦੇ ਵਿੱਚ ਸਾਰੇ ਦੇ ਵਿੱਚ ਜਿਹੜੀਆਂ ਲਾਈਨਸ ਆ, ਸੋ ਇਹ ਬਹੁਤ ਹੀ ਪਿਆਰਾ ਜਿਵੇਂ ਬਣਿਆ ਹੋਇਆ ਪੀਸ। ਔਰ ਨਾਲ ਤੁਸੀਂ ਬੋਟਮ ਦੇ ਵਿੱਚ ਪਲਾਜ਼ੋ ਵੀ ਕਰ ਸਕਦੇ ਹੋ, ਸਲਵਾਰ ਵੀ ਕਰ ਸਕਦੇ ਹੋ, ਜਿਵੇਂ ਅਸੀਂ ਥੋੜ੍ਹਾ ਪਲਾਜ਼ੋ ਬਣਾਇਆ ਹੋਇਆ ਹੈ। ਸੋ ਇਹ ਹੈਗਾ ਜੀ ਨੈਟ ਦੁਪੱਟਾ ਸੈਮੀ ਕਰੇਪ 'ਤੇ ਬਣਿਆ ਹੋਇਆ, ਇਹਦੀ ਜਿਹੜੀ ਪ੍ਰਾਈਜ਼ ਆ ਅਸੀਂ ਇਸੇ ਤਰ੍ਹਾਂ ਹੀ ਮੈਨਸ਼ਨ ਕਰਾਂਗੇ, ਅਗਰ ਪਿਓਰ 'ਤੇ ਜਾਣਾ ਚਾਹੁੰਦੇ ਹੋ ਤਾਂ ਉਹਦੀ ਜਿਹੜੀ ਪ੍ਰਾਈਜ਼ ਆ ਡਿਫਰੈਂਟ ਹੋ ਜੂਗੀ। ਸੋ ਇਹ ਹੈਗੇ ਆ ਜੀ ਫਰੋਕਸ, ਇਹਦੇ ਵਿੱਚ ਅਸੀਂ ਜਿਹੜੇ ਦੋ ਤਿੰਨ ਪੀਸ ਆ ਜਿਹੜੇ ਸਾਡੇ ਕੋਲ ਹੈਗੇ ਆ ਉਹ ਅਸੀਂ ਤੁਹਾਡੇ ਨਾਲ ਪੀਸ ਸ਼ੇਅਰ ਕਰ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਇਹਦਾ ਦੁਪੱਟਾ ਪੇਂਟ ਹੈ ਜੀ, ਔਰਗੈਂਜ਼ਾ ਦੁਪੱਟਾ ਹੈਗਾ, ਇਹ ਦੇਖੋ ਪੇਂਟ ਬਹੁਤ ਹੀ ਪਿਆਰਾ ਹੋਇਆ ਹੋਇਆ, ਇਸ ਤਰ੍ਹਾਂ ਰੋਜ਼ਿਸ ਬਣੇ ਹੋਏ ਆ, ਸਾਰਾ ਦੁਪੱਟਾ ਜਿਹੜਾ ਫਿੱਲ ਹੈ। ਸੋ ਤੁਸੀਂ ਪੇਂਟ ਦੇਖਿਆ ਕਰੋ ਜੀ, ਕੰਮ ਦੇਖਿਆ ਕਰੋ, ਕਿਉਂਕਿ ਪ੍ਰਾਈਜ਼ ਆ ਜਿਹੜਾ ਕੰਮ ਨਾਲ ਹੀ ਹੋਣਾ ਹੈਗਾ, ਵੱਧ ਘੱਟ ਆ ਜੋ ਵੀ ਪ੍ਰਾਈਜ਼ ਆ, ਜਿਵੇਂ ਦਾ ਕੰਮ ਹੋਊਗਾ ਉਸ ਤਰ੍ਹਾਂ ਦੀ ਪ੍ਰਾਈਜ਼ ਹੁੰਦੀ ਹੈ ਜੀ। ਔਰ ਇਹ ਦੇਖੋ ਬਿਲਕੁਲ ਵੀ ਹਾਰਡ ਨਹੀਂ ਹੈਗਾ, ਔਰ ਕਿੰਨੇ ਕਲਰ ਕੰਬੀਨੇਸ਼ਨ ਲਾ ਕੇ ਇਹ ਜਿਹੜਾ ਵਰਕ ਹੋਇਆ ਹੋਇਆ, ਇਹ ਦੇਖੋ ਪੂਰਾ ਹੈਵੀ ਜਿਹੜਾ ਇਹ ਪੇਨ ਨਾਲ ਪੂਰਾ ਫੁੱਲ ਫਿਲ ਹੋਇਆ ਹੋਇਆ ਦੁਪੱਟਾ, ਕਿਉਂਕਿ ਇਹ ਔਰਗੈਂਜ਼ਾ ਹੈਗਾ, ਸੋ ਜਦੋਂ ਤੁਸੀਂ ਵੇਅਰ ਕਰਦੇ ਹੋ ਕਿਉਂਕਿ ਨੀਚੇ ਉਹਦੇ ਨਾਲ ਦਾ ਸਟਫ ਹੋ ਜਾਂਦਾ ਤਾਂ ਪੂਰਾ ਹੈਵੀ ਜਿਹੜੀ ਲੁੱਕ ਆਉਂਦੀ ਹੈ।
ਜੋ ਵੀ ਬਟਰਫਲਾਈਜ਼ ਹੈਗੀਆਂ ਜਾਂ ਬਰਡਸ ਹੈਗੇ ਆ ਸੋ ਉਸ ਤਰ੍ਹਾਂ ਇਹਦੇ ਬਹੁਤ ਹੀ ਪਿਆਰੀਆਂ ਬਟਰਫਲਾਈਜ਼ ਬਣਾਈਆਂ ਹੋਈਆਂ ਇੱਧਰ ਦੇਖੋ ਤੁਸੀਂ ਬਹੁਤ ਹੀ ਕਲਰ ਦੇ ਕੇ ਸੋ ਫਿਰ ਇਹਦੀ ਜਿਹੜੀ ਪ੍ਰਾਈਜ਼ ਹੈਗੀ ਆ ਉਹ ਵੀ ਡਿਫਰੈਂਟ ਹੋ ਜਾਂਦੀ ਹੈ ਇਹ ਹੈਗੇ ਆ ਜੀ ਇਹਦੇ ਨਾਲ ਫਰੋਕਸ ਅਸੀਂ ਸਟਿਚ ਕੀਤੀਆਂ ਨੀਚੇ ਬਾਦਲਾ ਵਰਕ ਕੀਤਾ ਹੋਇਆ ਇਸ ਤਰ੍ਹਾਂ ਫਰੋਕ 'ਤੇ ਬਾਦਲਾ ਵਰਕ ਨਾਲ ਕੱਟ ਵਰਕ ਦਿੱਤਾ ਹੋਇਆ ਫਰੰਟ ਹੈ ਜੋ ਬੈਕ ਹੈਗੀ ਹੈ ਦੋਨੋਂ ਅਸੀਂ ਬਾਦਲਾ ਵਰਕ ਕੀਤਾ ਹੋਇਆ ਇਸ ਤਰ੍ਹਾਂ ਯੋਕ 'ਤੇ ਜਿਹੜੇ ਬਟਨ ਦਿੱਤੇ ਹੋਏ ਆ ਔਰ ਬਾਜੂ 'ਤੇ ਵੀ ਇਸ ਤਰ੍ਹਾਂ ਦੇ ਡਿਜ਼ਾਇਨ ਹੋਣਗੇ ਜੀ ਸੋ ਇਹ ਵੀ ਜਿਹੜੇ ਇਹਦੀਆਂ ਪਲੇਟਸ ਹੈਗੀਆਂ ਸਾਈਡਸ 'ਤੇ ਪਲੇਟਸ ਪਾਈਆਂ ਹੋਈਆਂ ਇਸ ਤਰ੍ਹਾਂ ਦੀ ਫਰੋਕ ਬਣੀ ਹੋਈ ਹੈ ਜੀ ਔਰ ਇਹ ਚੌਕਾਂ ਵਾਲੀ ਫਰੋਕ ਹੈ ਜੀ ਸੋ ਜਿਵੇਂ ਜਿਵੇਂ ਅਲੱਗ ਅਲੱਗ ਤਰ੍ਹਾਂ ਦੇ ਜਿਵੇਂ ਅਸੀਂ ਬਣਾਉਣੇ ਹੈਗੇ ਹਾਂ ਸੋ ਉਹਦੇ ਨਾਲ ਦਾ ਜਿਹੜੀ ਪ੍ਰਾਈਜ਼ ਆ ਵੀ ਅਲੱਗ ਹੋ ਜਾਂਦੀ ਹੈ ਅਤੇ ਇਸ ਤਰ੍ਹਾਂ ਦਾ ਪੈਟਰਨ ਵੀ ਅਲੱਗ ਹੋ ਜਾਂਦਾ ਕਿਉਂਕਿ ਜਦੋਂ ਅਸੀਂ ਬੰਨ ਜਿਹੜੀ ਫਰੋਕ ਬਣਾਉਂਦੇ ਹਾਂ ਉਦੋਂ ਜਿਹੜੇ ਉੱਪਰਲੇ ਅਲੱਗ ਤਰ੍ਹਾਂ ਦੀ ਸਟਿਚਿੰਗ ਹੁੰਦੀ ਹੈ ਇਹਦੀ ਸੋ ਇਹਦੀ ਵੀ ਬਹੁਤ ਫੇਅਰ ਹੈਗੀ ਆ ਔਰ ਇਹ ਚੌਕਾਂ ਵਾਲੀ ਫਰੋਕ ਹੈ ਇਸ ਤਰ੍ਹਾਂ ਇਹਦੇ ਨਾਲ ਤੁਸੀਂ ਪੇਨ ਦੁਪੱਟਾ ਬਣਾ ਸਕਦੇ ਸੋ ਜਦੋਂ ਨੀਚੇ ਕਲਰ ਬੇਸ ਆ ਜਾਂਦਾ ਸੋ ਪੇਂਟ ਆ ਤੁਹਾਡਾ ਬਹੁਤ ਹੀ ਪਿਆਰਾ ਲੱਗਦਾ ਸੋ ਇਹਦੇ ਨਾਲ ਦੇ ਹੀ ਸਾਰੇ ਪੀਸਿਸ ਆ ਜੀ ਦੁਪੱਟੇ ਪੇਂਟ ਵਾਲੇ ਔਰ ਸੂਟ ਆ ਜਿਹੜੇ ਫਰੋਕ ਸੂਟ ਹੈਗੇ ਆ ਸੋ ਤੁਸੀਂ ਆਪਣੀ ਵੈਡਿੰਗ ਦੇ ਵਿੱਚ ਇਸ ਤਰ੍ਹਾਂ ਦੇ ਸੂਟਸ ਆ ਜਿਹੜੇ ਵੇਅਰ ਕਰ ਸਕਦੇ ਹਾਂ ਜੋ ਕਿ ਬਹੁਤ ਹੀ ਡਿਫਰੈਂਟ ਅਸੀਂ ਜਿਵੇਂ ਪੈਟਰਨ ਲੈਂਦੇ ਹਾਂ ਡਿਫਰੈਂਟ ਹੀ ਡਿਜ਼ਾਇਨਿੰਗ ਕਰਦੇ ਹਾਂ ਸੋ ਇਸ ਤਰ੍ਹਾਂ ਦੇ ਸੂਟਸ ਹੈਗੇ ਆ ਜਿਹੜੇ ਤੁਸੀਂ ਕਦੋਂ ਵੀ ਵੇਅਰ ਕਰ ਸਕਦੇ ਹੋ ਪਾਰਟੀ 'ਤੇ ਵੀ ਉਸ ਤੋਂ ਬਾਅਦ ਵੀ ਕਿਉਂਕਿ ਇਹ ਸੂਟਸ ਹੈਗੇ ਜਿਹੜੇ ਸਦਾ ਬਹਾਰ ਹੈ ਸੋ ਤੁਹਾਨੂੰ ਇਸ ਤਰ੍ਹਾਂ ਦੀ ਡਿਜ਼ਾਇਨਿੰਗ ਹੈ ਜੀ ਆਪਾਂ ਤੁਹਾਡੇ ਨਾਲ ਡੇਲੀ ਸ਼ੇਅਰ ਕਰਦੇ ਰਹਾਂਗੇ ਔਰ ਇੰਸਟਾ 'ਤੇ ਵੀ ਤੁਸੀਂ ਸਾਡੇ ਲਿੰਕ 'ਤੇ ਜਾ ਸਕਦੇ ਹੋ ਡੇਲੀ ਦੀਆਂ ਅਪਡੇਟਸ ਦੇਖਣ ਲਈ ਸੋ ਡਿਸਕ੍ਰਿਪਸ਼ਨ ਬੋਕਸ ਦੇ ਵਿੱਚ ਹੋਊਗਾ ਜੀ ਨੰਬਰ ਯੂਨੀਕ੍ਰੇਸ਼ਨ ਸਪੀਕ ਦੇ ਨਾਮ 'ਤੇ ਆਪਣਾ ਜਿਹੜਾ ਇੰਸਟਾ ਦਾ ਪੇਜ ਹੈਗਾ ਸੋ ਬਹੁਤ ਸਾਰੀ ਰਿਕੁਐਸਟ ਸੀਗੀ ਤੁਸੀਂ ਇੰਸਟਾ 'ਤੇ ਵੀ ਅਪਲੋਡ ਥੋੜ੍ਹੇ ਐਕਟਿਵ ਹੋਵੋ ਸੋ ਇਸ ਲਈ ਅਸੀਂ ਇੰਸਟਾ ਦਾ ਪੇਜ ਬਣਾਇਆ ਹੈਗਾ ਜੀ ਸੋ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੀਂ ਨਵੀਂ ਡਿਜ਼ਾਇਨਿੰਗ ਸ਼ੇਅਰ ਕਰਦੇ ਰਹਾਂਗੇ ਜੀ ਬਣੇ ਰਹੋ ਮੇਰੇ ਚੈਨਲ ਬੀ ਸਟਾਈਲਿਸ਼ 'ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਬਹੁਤ ਬਹੁਤ ਥੈਂਕ ਯੂ ਸੋ ਮੱਚ